ਲਓ ਬਈ ਮਿੱਤਰੋ, ਇੱਥੋਂ ਕਰਨ ਲੱਗੇ ਹਾਂ ਅਸੀਂ ਆਫ ਰੋਡਿੰਗ ਸਟਾਰਟ। ਆਹ ਜਗ੍ਹਾ ਜਿਹੜਾ ਅਤੇ ਆਹ ਨਜ਼ਾਰਾ ਇਹ ਪੰਜਾਬ 'ਚ ਹੀ ਹੈ। ਤੇ ਆ ਬਾਈ ਡਰਾਈਵਰ ਹੈ। ਸਾਢੇ 9 ਵਜੇ ਸਾਢੇ 9 ਅਤੇ ਸ਼ਾਮ ਦੇ 5 ਵਜੇ ਤੱਕ 7 ਵਜੇ ਤੱਕ।
ਕੋਟੇਜ ਟਾਈਪ ਰੂਮ ਬਣੇ ਹੋਏ ਆ, ਕੋਟੇਜ ਰੂਮ ਕਹਿ ਲਈਏ ਜਾਂ ਕੋਟੇਜਸ ਕਹਿ ਲਈਏ, ਅਤੇ ਇਹਨਾਂ ਦਾ ਰੈਂਟ ਹਜੇ ਪੁੱਛਿਆ ਨਹੀਂ, ਬਟ ਉਹ ਜਿਹੜੇ ਬੋਟ ਵਾਲੇ ਮੁੰਡੇ ਸੀਗੇ ਉਹ ਕਹਿੰਦੇ 4,000 ਰੁਪਈਆ ਪਰ ਨਾਈਟ ਆ ਤੁਹਾਡੀ ਇਹ ਕੋਟੇਜ ਵਿੱਚ। ਅਤੇ ਇੱਥੇ ਹੁਣ ਫਿਰ ਵੀ ਪਤਾ ਕਰ ਲੈਂਦੇ ਹਾਂ ਕੀ ਮਾਹੌਲ ਆ, ਅਸੀਂ ਇੱਥੇ ਰਹਿਣਾ ਨਹੀਂ ਹੈ, ਅਸੀਂ ਤਾਂ ਸਿਰਫ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਜਿਹਨੇ ਇਹੋ ਜਿਹਾ ਕਰਨਾ ਕੰਮ ਵੀ ਰਹਿਣਾ ਇੱਥੇ ਉਹ ਰਹਿ ਵੀ ਸਕਦਾ। ਇੱਧਰ ਨੂੰ ਹੈਗੇ ਇੱਧਰ 2-3 ਕੋਟੇਜ ਹਾਊਸ, ਇੱਧਰ ਇੱਕ ਉੱਧਰ ਹੈ, ਠੀਕ ਹੈ ਕੰਮ। ਇੱਥੋਂ ਲੇਕ ਦਾ ਮਜ਼ਾ ਇਹ ਹੈ, ਇਹਨਾਂ ਵਿੱਚ ਏਸੀ ਦੀ ਫਿਟਿੰਗ ਵੀ ਹੈਗੀ ਹੈ, ਪੁੱਛਦੇ ਇਹਨਾਂ ਨੂੰ ਕੀ ਹਿਸਾਬ ਕਿਤਾਬ ਆ। ਇਹ ਜਿੰਨੀ ਪ੍ਰੋਪਰਟੀ ਹੈ ਇਹ ਸਰਕਾਰੀ ਹੈ, ਅਤੇ ਇਹ ਫਿਕਸਡ ਰੇਟ ਆ ਇਹਨਾਂ ਕੋਟੇਜਸ ਦੇ 4,000 ਆ ਮੈਂ ਪੁੱਛ ਲਿਆ, ਅਤੇ ਕੋਈ ਆਫ ਸੀਜ਼ਨ ਅਤੇ ਔਨ ਸੀਜ਼ਨ ਦਾ ਕੋਈ ਫਰਕ ਨਹੀਂ ਹੈ, 4,000 ਸਾਰਾ ਸਾਲ ਇਹੀ ਰੈਂਟ ਰਹਿਣਾ, ਜਿੰਨਾ ਚਿਰ ਸਰਕਾਰ ਵਧਾਵੇ ਨਾ ਇਹੀ ਰੈਂਟ ਰਹਿਣਾ। ਇੱਥੇ ਕੁਛ ਨਾ ਕੁਛ ਹੁਣ ਅਸੀਂ ਸਨੈਕਸ ਟੇਸਟ ਕਰਦੇ ਹਾਂ ਫਿਰ ਵੇਖਦੇ ਹਾਂ। ਆ ਇੱਧਰ ਸਾਰੇ ਕੋਟੇਜਸ ਵਾਸਤੇ ਇੱਕ ਕਹਿ ਲਈਏ ਕੋਮਨ ਕਿਚਨ ਹੈ, ਸੱਚ ਕੋਮਨ ਰੈਸਟੋਰੈਂਟ ਕਹਿ ਲਈਏ ਨਾ, ਇੱਧਰ ਰੈਸਟੋਰੈਂਟ ਹੈ। ਖਾਣਾ ਪੀਣਾ ਕੁਛ ਗੋਪਾਲ? ਕੁਛ ਨਹੀਂ ਅਜੇ, ਵਾਹਿਗੁਰੂ ਦੀ ਕਿਰਪਾ ਨਾਲ ਮੌਸਮ ਅੱਜ ਬਹੁਤ ਸਾਡੇ ਲਈ ਸੰਭਾਵਨਾ ਬਣ ਗਿਆ, ਇੱਥੇ ਬੱਦਲ ਉੱਪਰ ਗਰਮੀ ਹੈ ਨਹੀਂ ਗੀ, ਜਿਵੇਂ ਮਈ ਦਾ ਮਹੀਨਾ ਅਤੇ ਖੂਬਸੂਰਤ ਜਿਹਾ ਮਾਹੌਲ ਬਣਿਆ ਹੋਇਆ ਬੱਦਲ ਹੋਣ ਕਰਕੇ।
ਲਓ ਬਈ ਮਿੱਤਰੋ, ਇੱਥੋਂ ਕਰਨ ਲੱਗੇ ਹਾਂ ਅਸੀਂ ਆਫ ਰੋਡਿੰਗ ਸਟਾਰਟ। ਆਹ ਜਗ੍ਹਾ ਜਿਹੜਾ ਅਤੇ ਆਹ ਨਜ਼ਾਰਾ ਇਹ ਪੰਜਾਬ 'ਚ ਹੀ ਹੈ। ਬਾਹਰ ਤਾਂ ਮੈਂ ਹਜੇ ਤੱਕ ਇਹੋ ਜਿਹਾ ਦੇਖਿਆ ਨਹੀਂ ਵੀ ਤੁਸੀਂ ਪਾਣੀ ਹੈ, ਪਾਣੀ ਦੇ ਵਿੱਚ ਉੱਤਰ ਜਾਂਦੇ ਹੋ, ਗੱਡੀ ਚਲਾਉਂਦੇ ਹੋ, ਹਜੇ ਤੱਕ ਮੇਰਾ ਐਕਸਪੀਰੀਅੰਸ ਇਹੋ ਜਿਹਾ ਰਿਹਾ ਨਹੀਂ ਹੈ। ਇੱਥੇ ਕੀ ਆ ਵੀ ਇਹਨੂੰ ਖੱਡ ਕਹਿ ਦਿੰਦੇ ਆ, ਜਾਂ ਕਹਿ ਲਈਏ ਚੋ ਕਹਿ ਲਓ, ਕੁਛ ਕਹਿ ਲਓ,